ਇੰਸਟੀਚਿਊਟ ਫੋਰ ਸਕਿੱਲ ਡਿਵੈਲਪਮੈਂਟ ਵੱਲੋਂ 150 ਵਿਦਿਆਰਥੀਆਂ ਨੂੰ ਫ੍ਰੀ ਕੱਪੜੇ, ਸਿਲਾਈ ਮਸ਼ੀਨਾਂ, ਦੁਕਾਨਾਂ ਵਿੱਚ ਲੱਗਣ ਵਾਲੇ ਬੋਰਡ, ਕਟਿੰਗ ਟੇਬਲ ਅਤੇ ਪ੍ਰਮਾਣ ਪੱਤਰ ਵੰਡਣ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਅਪੇਅਰਲ ਮੇਡ ਸ਼ਾਪ ਐਂਡ ਹੋਮ ਫਰਨਿਸ਼ਿੰਗ ਸੈਕਟਰ ਸਕਿੱਲ ਕੌਂਸਲ ਵਿੱਚ ਜੁਆਇੰਟ ਡਾਇਰੈਕਟਰ ਕੀਰਤੀ ਜੈਨ ਮੁੱਖ ਤੌਰ 'ਤੇ ਉਪਸਥਿਤ ਹੋਏ ਅਤੇ ਉਹਨਾਂ ਨੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਉਹਨਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਸਰਕਾਰ ਵੱਲੋਂ ਦੇਸ਼ ਦੇ ਨੌਜਵਾਨਾਂ ਨੂੰ ਆਪਣੇ ਪੈਰਾਂ 'ਤੇ ਖੜਾ ਕਰਨ ਲਈ ਬਹੁਤ ਮਹੱਤਵਪੂਰਨ ਯੋਜਨਾਵਾਂ ਦੀ ਸ਼ੁਰੂਆਤ ਕੀਤੀ ਗਈ ਹੈ। ਸੰਸਥਾਨ ਦੀ ਡਾਇਰੈਕਟਰ ਰਾਧਿਕਾ ਚੁਗ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਸੰਸਥਾਨ ਦੇ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਸੰਸਥਾਨ ਦੇ 150 ਵਿਦਿਆਰਥੀਆਂ ਨੂੰ ਫ੍ਰੀ ਸਿਲਾਈ ਮਸ਼ੀਨਾਂ ਅਤੇ ਸਰਟੀਫਿਕੇਟ ਵੰਡੇ ਗਏ। ਮੈਂ ਬਹੁਤ ਖੁਸ਼ ਹੂੰ ਆਜ ਇਹ ਬਤਾਨੇ ਕੇ ਲੀਏ ਕਿ ਹਮਾਰੇ ਯਹਾਂ ਪੇ ਜੋ ਮੈਂ ਅੰਮ੍ਰਿਤਸਰ ਮੇਂ ਇੰਸਟੀਟਿਊਟ ਆਫ ਸਕਿੱਲ ਡਿਵੈਲਪਮੈਂਟ ਹੈ, ਯਹਾਂ ਬੱਚੋਂ ਨੇ ਇੱਕ CSR ਪ੍ਰੋਜੈਕਟ, ਮੇਗਾ ਇੰਜੀਨੀਅਰਿੰਗ CSR ਪ੍ਰੋਜੈਕਟ ਕੇ ਅੰਡਰ ਆਪਣੀ ਟ੍ਰੇਨਿੰਗ ਕੰਪਲੀਟ ਕੀ ਹੈ ਕਿ ਉਨਕੋ ਸੈਲਫ ਇੰਪਲੋਇਡ ਟੇਲਰ ਕੇ ਕੋਰਸ ਕੇ ਸਾਥ ਉਨਕੋ ਵੋ ਮਸ਼ੀਨੇ ਵੀ ਦੀ ਜਾ ਰਹੀ ਹੈ ਔਰ ਮਸ਼ੀਨੋਂ ਕੇ ਸਾਥ ਉਨਕੋ ਵੋ ਫੈਬਰਿਕ ਵੀ ਦਿਆ ਜਾ ਰਹਾ ਹੈ, ਯਹਾਂ ਤੱਕ ਕਿ ਆਨੇ ਵਾਲੇ 3 ਮਹੀਨੇ ਜੋ ਹੈ ਉਸਮੇ ਉਨਕੋ ਰੈਂਟ ਵੀ ਦਿਆ ਜਾਏਗਾ। ਉਨਕੋ ਵਿਮੈਨ ਐਮਪਾਵਰਮੈਂਟ ਯਾਨੀ ਕਿ ਨਾਰੀ ਸਸ਼ਕਤੀਕਰਨ ਕਾ ਇੱਕ ਸੌਭਾਗਯ ਹੈ ਕਿ ਵੋ ਯਹਾਂ ਸੇ ਆਪਣੀ ਟ੍ਰੇਨਿੰਗ ਲੈਣੇ ਕੇ ਬਾਅਦ ਆਪਣਾ ਖੁਦ ਕਾ ਕਾਮ ਸ਼ੁਰੂ ਕਰ ਸਕਤੀ ਹੈ। ਮੈਂ ਇਹ ਸਭ ਕੋ ਬੋਲਤੀ ਹੂੰ ਕਿ ਆਪ ਆਓ, ਹਮਾਰੇ ਸੈਂਟਰ ਮੇਂ ਫ੍ਰੀ ਐਡਮਿਸ਼ਨ ਹੈ, 3 ਮਹੀਨੇ ਕਾ ਕੋਰਸ ਹੈ ਔਰ ਇਹ ਸਾਰੀ ਚੀਜ਼ੇ ਆਪਕੋ ਫ੍ਰੀ ਆਫ ਕੋਸਟ ਮਿਲੇਂਗੀ ਔਰ ਤਕਰੀਬਨ ਅਭੀ ਤੱਕ 100 ਲੜਕੀਓ ਨੇ ਦੁਕਾਨੇ ਆਪਣੀ ਖੋਲੀ ਹੈ, ਚਾਹੇ ਵੋ ਕਿਰਾਏ ਕੇ ਘਰ ਪੇ ਹੈ ਜਾਂ ਕਹੀਂ ਬਾਹਰ ਹੈ, ਉਹਨਾਂ ਨੇ ਇਹ ਦੁਕਾਨੇ ਖੋਲ ਕੇ ਆਪਣੇ ਪੈਰੋਂ ਪੇ ਵੋ ਖੜੀ ਹੋ ਰਹੀ ਹੈ।